ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲੈ ਇੱਕ ਸੰਤ ਜੀ ਪਹਾੜ ਦੀ ਚੋਟੀ ਉੱਤੇ ਰਹਾ ਕਰਦੇ ਸੀ ਇੱਕ ਦਿਨ ਉਹਨਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਧਰਤੀ ਦੇ ਆਲੇ ਦੁਆਲੇ ਦੇਖਿਆ ਜਾਵੇ ਕੀ ਵੀ ਵਾਪਰਿਆ ਉਸੇ ਸਮੇਂ ਉੱਥੇ ਮਾਇਆ ਦੀ ਦੇਵੀ ਆ ਗਈ ਉਹਨੇ ਕਿਹਾ ਮੈਂ ਨਾਲ ਚੱਲਣ ਤਾਂ ਸੰਤ ਜੀ ਨੇ ਕਿਹਾ ਚੱਲ ਮੈਂ ਨਾਲ ਤਾਂ ਲੈ ਜਾਵਾਂਗਾ ਪਰ ਜਿਵੇਂ ਮੈਂ ਕਹਾਂ ਉਹ ਗੱਲ ਮੰਨਣੀ ਪਵੇਗੀ ਮਾਇਆ ਦੀ ਦੇਵੀ ਨੇ ਚਟ ਸਿਰ ਹਿਲਾ ਕੇ ਹਾਂ ਕਰ ਦਿੱਤਾ ਹੁਣ ਉਹ ਸੰਤ ਜੀ ਅੱਗੇ ਅੱਗੇ ਪਿੱਛੇ ਮਾਇਆ ਦੀ ਦੇਵੀ ਆਗੇ ਕੁਝ ਦੇਰ ਬਾਅਦ ਇੱਕ ਥਾਂ ਤੇ ਉਹ ਸੰਤ ਜੀ ਰੁਕੇ ਉਹਨਾਂ ਕਿਹਾ ਮਾਇਆ ਦੇ ਦੇਵੀ ਤੂੰ ਇੱਥੇ ਹੀ ਰੁਕੀ ਤੂੰ ਕਿਤੇ ਨਹੀਂ ਜਾਣਾ ਮੈਂ ਹੁਣੀ ਆਇਆ ਇੱਕ ਗੱਲ ਯਾਦ ਰੱਖੀ ਇਹ ਦੱਖਣ ਦਿਸ਼ਾ ਵੱਲ ਤੂੰ ਨਹੀਂ ਜਾਣਾ ਤੂੰ ਉਧਰ ਆਉਣਾ ਤੇਰਾ ਮਨ ਹੈ ਉਹ ਸੰਤ ਜੀ ਇਹ ਕਹਿ ਕੇ ਤੇ ਉੱਥੋਂ ਚਲੇ ਗਏ ਹੁਣ ਮਾਇਆ ਦੀ ਦੇਵੀ ਦੇ ਮਨ ਵਿੱਚ ਹੁਣ ਉਹ ਬੜਾ ਕਾਲਾ ਪੰ ਜਾਗ ਪਿਆ। ਵੀ ਦੱਖਣ ਦਿਸ਼ਾ ਵਿੱਚ ਐਸਾ ਕੀ ਰਾਜ ਹੈ ਉੱਥੇ ਐਸਾ ਕੀ ਹੈ ਜੋ ਮੈਨੂੰ ਉਧਰ ਜਾਣ ਤੋਂ ਮਨਾ ਕੀਤਾ ਤੇ ਆਪ ਉਹ ਸੰਤ ਜੀ ਉਧਰ ਚਲੇ ਗਏ ਨੇ। ਮਾਇਆ ਦੀ ਦੇਵੀ ਨੇ ਕੁਝ ਸਮੇਂ ਉੱਥੇ ਇੰਤਜ਼ਾਰ ਕੀਤਾ। ਫਿਰ ਉਹ ਤੋਂ ਰਹਿਣ ਆ ਗਿਆ। ਉਹ ਉਵੇਂ ਹੀ ਸੰਤ ਜੀ ਦੇ ਪਿੱਛੇ-ਪਿੱਛੇ ਚੱਲ ਜਾ ਕੇ ਤੇ ਤੁਰਨ ਲੱਗੀ। ਹੁਣ ਉਹ ਪਿੱਛੇ-ਪਿੱਛੇ ਜਦੋਂ ਜਾਂਦੀ ਹੈ ਕੋ ਜੱਗ ਕੇ ਜਾ ਕੇ ਦੇਖਦੀਏ ਕਿ ਸਰੋਂ ਦਾ ਇੱਕ ਖੇਤ ਹੁੰਦਾ ਹੈ। ਭਾਵ ਹਰ ਪਾਸੇ ਪੀਲੇ ਪੀਲੇ ਫੁੱਲ ਹੁੰਦੇ ਨੇ। ਉਹ ਹਰ ਇੰਨਾ ਸੋਹਣਾ ਉੱਥੇ ਦ੍ਰਿਸ਼ ਹੁੰਦਾ ਕਿ ਉਹ ਫੁੱਲ ਦੇਖ ਕੇ ਤੇ ਉਹਨਾਂ ਦੇ ਵਿੱਚ ਮਗਦ ਮੰਤਰ ਹੋ ਜਾਂਦੀ ਵੀ ਇੰਨਾ ਸੋਹਣਾ ਵੀ ਕਿਤੇ ਕੁਝ ਹੋ ਸਕਦਾ ਹੈ। ਉਹ ਫੁੱਲ ਤੋੜ ਕੇ ਉਹਨਾਂ ਦੇ ਨਾਲ ਆਪਣਾ ਸ਼ਿੰਗਾਰ ਕਰਨ ਲੱਗ ਜਾਂਦੀ। ਫੁੱਲ ਤੋੜ ਕੇ ਕਹਾਰ ਬਣਾਇਆ ਤੇ ਗਲ ਵਿੱਚ ਪਾ ਲਿਆ ਤੇ ਅੱਗੇ ਚਲੀ ਗਈ। ਜਦੋਂ ਅੱਗੇ ਜਾਂਦੀ ਮਾਇਆ ਦੀ ਦੇਵੀ ਤਾਂ ਦੇਖਦੀ ਹੈ ਇੱਕ ਗੰਨਿਆਂ ਦਾ ਖੇਤ ਬੜਾ ਸੋਹਣਾ ਬੜੇ ਵੱਡੇ-ਵੱਡੇ ਤੇ ਬੜੇ ਸੋਹਣੇ ਗੰਨੇ ਨੇ ਐਵੇਂ ਲੱਗਦੇ ਕਿ ਬਹੁਤ ਰਾਸੇਨ ਉਹਨਾਂ ਇੱਕ ਗੰਨਾ ਤੋੜਿਆ ਤੇ ਉੱਥੇ ਬੈਠ ਕੇ ਉਹਨੂੰ ਚੂਪਨ ਲੱਗੀ ਇਹ ਦੇਖ ਕੇ ਉਸੇ ਸਮੇਂ ਉਹ ਸੰਤ ਜੀ ਉਧਰੋਂ ਵਾਪਸ ਆ ਗਏ ਉਹ ਦੇਖ ਕੇ ਮਾਇਆ ਦੀ ਦੇਵੀ ਤੇ ਬੜੇ ਹੈਰਾਨ ਹੋਏ ਤੇ ਉਹਨੂੰ ਇਸ਼ਰਾਪ ਦੇ ਦਿੱਤਾ ਕਿ ਮੈਂ ਤੈਨੂੰ ਇੱਧਰ ਆਉਣ ਤੋਂ ਮਨਾ ਕੀਤਾ ਸੀ ਤੇ ਤੂੰ ਫੇਰਾਗੀ ਤੇ ਤੂੰ ਮੇਰੀ ਇੱਕ ਨਾ ਮੰਨੀ ਉਤੋਂ ਤੂੰ ਇਹ ਜਿਹੜਾ ਕਿਸਾਨ ਹੈ ਇਹਦੇ ਖੇਤ ਦੇ ਵਿੱਚੋਂ ਚੋਰੀ ਵੀ ਕਰ ਲਈ ਤੇ ਇਹ ਵੀ ਅਪਰਾਧ ਕੀਤਾ ਹੁਣ ਤੈਨੂੰ ਇਸ ਅਪਰਾਧ ਦੇ ਜੁਰਮ ਵਿੱਚ ਇਹ ਜਿਹੜਾ ਕਿਸਾਨ ਹੈ ਨਾ ਜਿਹਦਾ ਤੂੰ ਗੰਨਾ ਤੋੜ ਕੇ ਚੁਪੰਦੀ ਹੈ 12 ਸਾਲ ਤੱਕ ਇਹਦੀ ਸੇਵਾ ਕਰ ਇਹ ਕਹਿ ਕੇ ਤੇ ਉਹ ਸੰਤ ਜੀ ਉਥੋਂ ਮਾਇਆ ਦੀ ਦੇਵੀ ਨੂੰ ਛੱਡ ਕੇ ਤੇ ਆਲੋਪ ਹੋ ਗਏ ਹੁਣ ਉਹ ਮਾਇਆ ਦੀ ਦੇਵੀ ਉਹ ਗਰੀਬ ਜੋ ਸੀ ਮਨੁੱਖ ਸੀ ਉਹਦੇ ਘਰ ਦੇ ਅੱਗੇ ਗਈ ਬੁਹਾ ਖੜਕਾਇਆ ਕਿ ਹਾਂ ਕਿ ਮੈਂ ਸਹਾਇ ਕੱਲੀ ਮੈਨੂੰ ਇੱਥੇ ਰੱਖ ਲਵੋ ਉਹ ਕਿਸਾਨ ਨੇ ਕਿਹਾ ਵੀ ਕੋਈ ਨਾ ਵੀ ਤੂੰ ਇੱਥੇ ਰਹਿ ਜਾ ਇੱਕ ਦਿਨ ਉਹ ਮਾਇਆ ਦੀ ਦੇਵੀ ਨੇ ਉਹ ਕਿਸਾਨ ਤੇ ਉਹਦੀ ਪਤਨੀ ਨੂੰ ਕਿਹਾ ਵੀ ਤੁਸੀਂ ਨਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਘਰ ਨੂੰ ਪਹਿਲਾਂ ਸਾਫ਼ ਕਰਿਆ ਕਰੋ ਉਸ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਨ ਤੋਂ ਬਾਅਦ ਰਸੋਈ ਵਿੱਚ ਸਿਰ ਟੱਕ ਕੇ ਪਹਿਲੀ ਚੀਜ਼ ਬਣਾਇਆ ਕਰੋ ਤੇ ਉਸ ਤੋਂ ਬਾਅਦ ਤੁਸੀਂ ਜੋ ਮੰਗੋਗੇ ਨਾ ਉਹ ਤੁਹਾਨੂੰ ਮਿਲੇਗਾ ਤੇ ਵਾਹਿਗੁਰੂ ਦਾ ਨਾਮ ਲਿਆ ਕਰੋ ਵਿੱਚੋਂ ਪਹਿਲਾ ਚੋਗਾ ਕਿਸੇ ਜਨੌਰ ਨੂੰ ਜਾਂ ਫਿਰ ਕਿਸੇ ਵੀ ਪਸ਼ੂ ਪੰਛੀ ਨੂੰ ਪਾ ਦੋ ਕਿਸਾਨ ਦੀ ਪਤਨੀ ਨੇ ਐਵੇਂ ਹੀ ਕੀਤਾ ਉਹਨੇ ਸਵੇਰੇ ਉਠਣਾ ਇਸ਼ਨਾਨ ਕਰਨਾ ਘਰ ਸਾਫ਼ ਕਰਨਾ ਸਿਰ ਤੇ ਆਪਣਾ ਟਾਕੇ ਪ੍ਰਸ਼ਾਦਾ ਪਾਣੀ ਬਣਾਉਣਾ ਤਵੇ ਤੇ ਪਹਿਲੀ ਚੀਜ਼ ਪਾਣੀ ਉਹ ਇੱਕ ਪਾਸੇ ਰੱਖ ਕੇ ਤੇ ਉਹ ਬਾਅਦ ਚ ਜਦੋਂ ਦਿਨ ਚੜਨਾ ਤੇ ਜਨੌਰਾਂ ਨੂੰ ਪਾਣਾ ਐਵੇਂ ਕਰਦੇ ਕਰਦੇ ਘਰ ਅੰਨ ਤੇ ਧਨ ਰਤਨ ਤੇ ਸੋਨੇ ਦੇ ਨਾਲ ਭਰ ਗਿਆ ਹੁਣ ਮਾਇਆ ਦੀ ਦੇਵੀ ਕਿਸਾਨ ਦੇ ਘਰ ਅੰਤੰਦਾਂ ਉਹਨੇ ਪੂਰਾ ਪੰਡਾਰ ਕਰ ਦਿੱਤਾ ਕਿਸਾਨ ਦੇ ਘਰ ਉਹਨੇ 12 ਸਾਲ ਬੜੇ ਅੰਦਨਦਲ ਕੱਟੇ ਤੇ ਉਹਦੇ ਘਰ ਹਰ ਚੀਜ਼ ਦੇ ਲਹਿਰਾ ਬਹਿਰਾ ਹੋ ਗਏ ਹੁਣ ਕੀ ਸੀ ਉਹ ਮਾਇਆ ਦੀ ਦੇਵੀ ਨੂੰ ਫਿਰ ਉਹ ਸੰਤ ਜੀ ਆਪਣੇ ਲੈਣ ਆਏ ਵੀ ਹੁਣ ਤੇਰੇ 12 ਸਾਲ ਪੂਰੇ ਹੋ ਗਏ ਪਰ ਉਹਨੇ ਜਾਣ ਤੋਂ ਜੋ ਕਿਸਾਨ ਸੀ ਉਹਨੇ ਇਨਕਾਰ ਕਰ ਦਿੱਤਾ ਉਹ ਕਹਿੰਦਾ ਵੀ ਮੈਂ ਤੇ ਨਹੀਂ ਕੱਲਣਾ ਹੈਗਾ ਕਹਿੰਦੇ ਵੀ ਇੰਨੇ ਉਤੇ ਕੋਈ ਵੀ ਨਹੀਂ ਆਪਣੇ ਘਰ ਰੋਕ ਸਕਿਆ ਇਹ ਤਾਂ ਚੰਚਲ ਹੈ ਇੱਕ ਹੀ ਸੇ ਘਰ ਨਹੀਂ ਠਹਿਰਦੀ ਇੰਨਾ ਵੱਡੇ ਵੱਡੇ ਲੋਕ ਵੀ ਆਪਣੇ ਘਰ ਨਹੀਂ ਰੋਕ ਸਕੇ ਇਹਨੂੰ ਸ਼ਰਾਬ ਦਿੱਤਾ ਸੀ ਕਿ ਇਹਨੇ ਤੇਰੇ ਖੇਤੋਂ ਗੰਨਾ ਤੋੜਿਆ ਸੀ ਜੋ ਕਿ ਚੋਰੀ ਹੈ 12 ਸਾਲ ਤੇਰੇ ਘਰ ਦੀ ਸੇਵਾ ਕਰੇਗੀ ਤੇ 12 ਸਾਲ ਇਹਦਾ ਪੂਰੇ ਹੋ ਚੁੱਕੇ ਨੇ ਪਰ ਉਹ ਕਿਸਾਨ ਨਾ ਕਹਿੰਦਾ ਨਾ ਉਤੇ ਅੜ ਗਿਆ ਕਹਿੰਦਾ ਨਹੀਂ ਮਾਇਆ ਦੀ ਦੇਵੀ ਮੇਰੇ ਘਰੋਂ ਨਹੀਂ ਜਾਏਗੀ ਤਾਂ ਉਸ ਮਾਇਆ ਦੀ ਦੇਵੀ ਨੇ ਉਦੋਂ ਕਿਹਾ ਮੈਂ ਤੈਨੂੰ ਇੱਕ ਗੱਲ ਦਾ ਰਾਜ ਦੱਸਦੀ ਤੂੰ ਉਵੇਂ ਕਰੀ ਤੇ ਉਵੇਂ ਤੇਰੇ ਘਰ ਹਮੇਸ਼ਾ ਲੈਹਰਾ ਬਹਿਰਾ ਹੋਣਗੇ ਇੱਕ ਗੱਲ ਯਾਦ ਰੱਖੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਘਰ ਹਮੇਸ਼ਾ ਲਿਪਪੋਤ ਕੇ ਸਾਫ਼ ਸੁਥਰਾ ਕਰ ਲਈ ਸ਼ਾਮ ਦੇ ਸਮੇਂ ਆਪਣੇ ਘਰ ਦੇਸੀ ਘਿਉ ਦਾ ਇੱਕ ਦੀਵਾ ਜ਼ਰੂਰ ਜਗਾਵੀ ਵਾਹਿਗੁਰੂ ਦਾ ਨਾਮ ਲਵੀ ਸ਼ਾਮ ਨੂੰ ਤਾਂਬੇ ਦੇ ਇੱਕ ਕੜੇ ਦੇ ਵਿੱਚ ਜਾਂ ਤਾਂਬੇ ਦਾ ਛੋਟਾ ਜਿਹਾ ਚਾਚੋ ਵੀ ਪਾੰਡਾ ਹੋਵੇ ਉੱਚ ਪਾਣੀ ਭਰ ਕੇ ਰੱਖੀ ਤੇ ਇਸੇ ਤਰ੍ਹਾਂ ਜੋ ਵੀ ਤਵੇ ਤੇ ਪਹਿਲੀ ਚੀਜ਼ ਤੂੰ ਪਾਵੇਂ ਉਹ ਇੱਕ ਪਾਸੇ ਰੱਖ ਕੇ ਜਨੋਰਾ ਨੂੰ ਪਾ ਦੀ ਮੈਂ ਤੇਰੇ ਘਰ ਹਮੇਸ਼ਾ ਵਾਸ ਕਰਾਂਗੀ ਤੇ ਮੈਂ ਤੇਰੇ ਘਰੋਂ ਕਦੀ ਨਹੀਂ ਜਾਵਾਂਗੀ ਹੁਣ ਉਹਨੇ ਐਵੇਂ ਕਰਿਆ ਕਰਨਾ ਸਵੇਰੇ ਉੱਠ ਕੇ ਇਸ਼ਨਾਨ ਕਰਿਆ ਕਰਨਾ ਫਿਰ ਉਸਨੇ ਜੋ ਵੀ ਆਪਣਾ ਪ੍ਰਸ਼ਾਦਾ ਪਾਣੀ ਘਰ ਦੀ ਸਫਾਈ ਕਰਕੇ ਫਿਰ ਪ੍ਰਸ਼ਾਦਾ ਪਾਣੀ ਬਣਾਉਣਾ ਤਵੇ ਤੇ ਪਾਈ ਪਹਿਲੀ ਚੀਜ਼ ਪਾਸੇ ਰੱਖ ਦਿਆ ਕਰਨੀ ਦਿਨ ਚੜਿਆ ਪਾ ਦਿਆ ਕਰਨੀ ਰਾਤ ਹੋਇਆ ਕਰਨੀ ਤੇ ਉਹਨੇ ਸ਼ਾਮ ਸਮੇਂ ਘਰ ਦੇ ਵਿੱਚ ਇੱਕ ਜੋਤ ਜਗਾਇਆ ਕਰਨੀ ਜੋਤ ਜਗਾਣ ਤੋਂ ਬਾਅਦ ਵਾਹਿਗੁਰੂ ਦਾ ਨਾਮ ਲਿਆ ਕਰਨ ਤੇ ਤਵੇ ਤੇ ਜੋ ਚੀਜ਼ ਪਾਣੀ ਉਹਨੂੰ ਪਾਸੇ ਰੱਖ ਦਿਆ ਕਰਨੀ ਐਵੇਂ ਕਰਦੇ ਕਰਦੇ ਇੱਕ ਸਾਲ ਦੇ ਅੰਦਰ ਉਹਦੇ ਘਰ ਬੜੀਆਂ ਲਹਿਰਾਂ ਵਹਿਰਾਂ ਹੋ ਗਈ ਪਰ ਕਿਹਾ ਮੈਂ ਇੱਕ ਸਾਲ ਤੱਕ ਤੇਰੇ ਘਰ ਰਵਾਂਗੀ ਇਸ ਤੋਂ ਬਾਅਦ ਫਿਰ ਚਲੀ ਜਾਵਾਂਗੀ ਪਰ ਜੇਕਰ ਤੂੰ ਇਹ ਨਿਤ ਕਰਦਾ ਰਹੇਂਗਾ ਤੇਰੇ ਘਰੋਂ ਕਦੀ ਨਹੀਂ ਜਾਵਾਂਗੀ ਇਕ ਐਕੇ ਉਹ ਦੀਵੇ ਦੇ ਪ੍ਰਕਾਸ਼ ਵਾਂਗੂ ਦਸਾਂ ਦਿਸ਼ਾਵਾਂ ਦੇ ਵਿੱਚ ਉਹ ਫੈਲ ਗਿਆ। ਅਗਲੇ ਦਿਨ ਦੇ ਅਨੁਸਾਰ ਉਹਨੇ ਐਵੇਂ ਕਰਨਾ ਸ਼ੁਰੂ ਕੀਤਾ। ਐਵੇਂ ਕਰਦੇ ਕਰਦੇ ਸਾਲ ਬੜੇ ਸੋਹਣੇ ਸੇ ਸੰਪੰਨ ਤਰੀਕੇ ਨਾਲ ਨਿਕਲ ਗਿਆ। ਪਰ ਇੱਕ ਦਿਨ ਉਹ ਇਹ ਕਰਨਾ ਭੁੱਲ ਗਿਆ। ਉਹਨੇ ਕੀ ਕੀਤਾ ਵੀ ਸਵੇਰੇ ਉੱਠ ਕੇ ਇਸ਼ਨਾਨ ਤਾਂ ਕੀਤਾ, ਸਾਫ ਸਫਾਈ ਕੀਤੀ ਪਰ ਉਹਨੇ ਜਿਵੇਂ ਪ੍ਰਸ਼ਾਦਾ ਪਾਣੀ ਬਣਾਇਆ ਤੇ ਉਹਨੇ ਆਪ ਖਾ ਲਿਆ। ਉਹਨੇ ਨਾ ਉਹ ਤਾਂ ਕਚਨੋਰਾਲੀ ਕੱਢਿਆ ਨਾ ਕੁਝ ਐਵੇਂ ਕਰਦੇ ਕਰਦੇ ਕੁਝ ਦਿਨ ਹੋਏ ਤਾਂ ਉਹਨਾਂ ਦੇ ਹਾਲਾਤ ਫਿਰ ਵਿਗੜਨ ਲੱਗੇ। ਭਾਵ ਖੇਤਾਂ ਦੇ ਵਿੱਚ ਕੁਝ ਨਾ ਹੋਇਆ। ਹੁਣ ਇਹ ਗੱਲ ਤੋਂ ਬੜੇ ਜ਼ਿਆਦਾ ਪਰੇਸ਼ਾਨ ਹੋ ਗਏ। ਜਦੋਂ ਪਰੇਸ਼ਾਨ ਹੋਏ ਤਾਂ ਉਹੀ ਸੰਤ ਜੀ ਉਹਨਾਂ ਦੇ ਘਰ ਦੇ ਕੋਲ ਫੇਰ ਲੰਗੇ। ਉਹਨਾਂ ਸਾਰੀ ਵਿਥਾ ਸੰਤ ਜੀ ਨੂੰ ਦੱਸੀ ਤਾਂ ਸੰਤ ਜੀ ਨੇ ਕੁਝ ਸਮੇਂ ਲਈ ਅੱਖਾਂ ਬੰਦ ਕੀਤੀਆਂ। ਅੱਖਾਂ ਬੰਦ ਕਰਨ ਤੋਂ ਬਾਅਦ ਉਹ ਸੰਤ ਜੀ ਨੇ ਉਹਨਾਂ ਨੂੰ ਕਿਹਾ ਕਿ ਤ੍ਰੂਟੀ ਤੁਹਾਡੇ ਵਿੱਚ ਹੈ। ਭਾਵ ਕਮੀ ਤੁਹਾਡੇ ਵਿੱਚ ਤੁਹਾਨੂੰ ਇੱਕ ਗੱਲ ਕਹੀ ਸੀ। ਇਸਨਾਨ ਕਰੋ ਕਾਰ ਸਾਫ ਕਰੋ ਉਸ ਤੋਂ ਬਾਅਦ ਆਪਣਾ ਸਿਰ ਟਾਕੇ ਤਵੇ ਤੇ ਪਾਈ ਪਹਿਲੀ ਚੀਜ਼ ਜੋ ਵੀ ਪਾਉਣੀ ਹੈ ਉਹ ਪਾਸੇ ਰੱਖਣੀ ਉਹ ਕਰਨਾ ਤੁਸੀਂ ਭੁੱਲ ਗਿਓ ਤੇ ਉਹੀ ਕਰੋ ਉਹਨਾਂ ਉਵੇਂ ਹੀ ਕਰਨਾ ਆਰੰਭ ਕੀਤਾ ਸ਼ਾਮ ਨੂੰ ਜੋਤ ਜਗਾਉਣੀ ਕਦੀ ਨਾਗਾ ਨਾ ਪਾਇਆ ਤੇ ਉਹਨਾਂ ਦੇ ਘਰ ਲੈਰਾਂ ਬੈਰਾਂ ਹੋ ਗਈਆਂ ਸ਼ਾਮ ਨੂੰ ਉਹਨਾਂ ਉਵੇਂ ਹੀ ਜੋਤ ਜਗਾਇਆ ਕਰਨੀ ਤੇ ਤਾਂਬੇ ਦੇ ਪਾਂਡੇ ਵਿੱਚ ਪਾਣੀ ਰੱਖਿਆ ਕਰਨਾ ਸਵੇਰੇ ਉਹ ਪਾਣੀ ਪੀਆ ਕਰਨਾ ਇਸ ਤਰ੍ਹਾਂ ਉਹ ਸਾਰਾ ਪਰਿਵਾਰ ਨਰੋਗ ਵੀ ਰਹਿਣ ਲੱਗੇ ਤੇ ਘਰ ਹਰ ਇੱਕ ਤਰ੍ਹਾਂ ਦੀ ਮਾਇਆ ਦਾ ਵਾਸ ਵੀ ਹੋਣ ਲੱਗਾ ਕਿਹਾ ਜਾਂਦਾ ਹੈ ਜੋ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਪਸ਼ੂ ਪੰਛੀ ਜਨੌਰ ਬੇਜਮਾਨਾਂ ਦੇ ਨਾਲ ਪਿਆਰ ਕਰਦਾ ਉਹਨਾਂ ਦਾ ਢਿੱਡ ਭਰਦਾ ਉਹਦੇ ਘਰੋਗ ਨਾ ਤਾਂ ਅੰਨ ਤੇ ਨਾ ਹੀ ਧਨ ਖਤਮ ਹੁੰਦੇ ਕਿਉਂਕਿ ਇਹ ਅਸੀਸ ਦਿੰਦੇ ਨੇ ਕਿ ਜਿਹੜੇ ਹੱਥ ਤੇ ਜਿਹੜਾ ਘਰ ਸਾਨੂੰ ਦਿੰਦਾ ਉਹ ਘਰ ਹਮੇਸ਼ਾ ਪਰਿਆਰੇਵੇ ਇਹ ਬੇਜਮਾਨਾਂ ਦੀ ਜੀੜਵਾਨ ਨਹੀਂ ਹੁੰਦੀ ਪਰ ਇਹਨਾਂ ਦੀਆਂ ਦੁਆਵਾਂ ਵਿੱਚ ਇੰਨਾ ਅਸਰ ਹੁੰਦਿਆ ਹੈ ਕਿ ਇਹ ਮੌਤ ਦੇ ਮੂੰਹ ਤੋਂ ਵੀ ਆਪਾਂ ਨੂੰ ਵਾਪਸ ਲੈ ਆਉਂਦੇ ਨੇ ਇਹ ਬੇਜਵਾਨ ਜ਼ਰੂਰ ਨੇ ਪਰ ਇਹਨਾਂ ਦੀਆਂ ਦੁਆਵਾਂ ਉਹ ਤੁਰ ਦਰਗਾਹ ਤੱਕ ਛੇਤੀ ਪਹੁੰਚ ਜਾਂਦੀਆਂ ਨੇ ਇਹਨਾਂ ਦੀ ਹਾਈ ਵੀ ਬੜੀ ਛੇਤੀ ਲੱਗ ਜਾਂਦੀ ਇਸ ਲਈ ਕਦੀ ਵੀ ਇਹਨਾਂ ਨੂੰ ਨਾ ਮਾਰੋ ਇਹ ਤੁਹਾਡੇ ਲਈ ਉਹ ਤੁਰ ਦਰਗਾਹ ਦੀ ਟਿਕਟ ਬਣ ਸਕਦੇ ਨੇ